ਤੇਰਾ ਸਮਾਈਲ ਬੜੀ ਗੁੱਡ ਹੈ ਤੁਹਾਡੀ ਥੈਂਕ ਯੂ ਸੋ ਮਚ ਕਾਸ਼ ਕੁੜੀਆਂ ਵੀ ਅੱਦੇ ਕਹਿਣ ਓ ਨੋ ਸੋ ਬਾਤ ਕੀ ਜਾਏ ਬੋਏਫ੍ਰੈਂਡ ਕੀ ਮੈਮ ਯੂ ਹੈਵ ਅ ਬੋਏਫ੍ਰੈਂਡ ਨੋ ਓ ਨੋ ਨਹੀਂ ਹੋਇਆ ਨਹੀਂ ਹੈ ਅੱਗੇ 2023 ਆ ਰਿਹਾ ਤਾਂ ਆਪ ਜਾਓਗੇ ਬੋਏਫ੍ਰੈਂਡ ਬਣਾਉਣ ਮੇਰੀ ਸ਼ਾਦੀ ਕਰਨ ਦੀ ਉਮਰ ਆਪਕੋ ਮੰਮੀ ਨੇ ਤਾਂ ਨਹੀਂ ਭੇਜਾ ਕਿੱਦਾਂ ਕੀ ਲੜਕੀ ਦੇਖੀ ਅੱਗੇ ਸਵਾਲ ਕੀ ਕੋਈ ਨਜਾਇਜ਼ ਵਿਆਹ ਦੇਖਿਆ ਮਤਲਬ ਬਿਨਾਂ ਬੁਲਾਏ ਤੁਸੀਂ ਸ਼ਾਦੀ ਚ ਗਏ ਹੋ ਆਫ ਕੋਰਸ ਇਹੀ ਤਾਂ ਫਨ ਹੈ ਜਾਣਾ ਚਾਹੀਦਾ ਆਪਾਂ ਇੱਕ ਦੋ ਵਾਰੀ ਗਏ ਬਟ ਇਟਸ ਰੀਲੀ ਫਨ ਕਦੇ ਫੜੇ ਨਹੀਂ ਗਏ ਨਹੀਂ ਲੜਕੀਆਂ ਨਹੀਂ ਫੜੀ ਜਾਂਦੇ ਮੁੰਡੇ ਫੜੇ ਜਾਂਦੇ ਉਹ ਜ਼ਿਆਦਾ ਐਕਸਾਈਟਿਡ ਹੋ ਜਾਂਦੇ ਅਸੀਂ ਖਾ ਪੀ ਕੇ ਨਾ ਥੋੜਾ ਜਿਹਾ ਡਾਂਸ ਕਰਕੇ ਨਿਕਲ ਜਾਂਦੇ ਮੁੰਡੇ ਜ਼ਿਆਦਾ ਐਕਸਾਈਟਿਡ ਹੋ ਜਾਂਦੇ ਉਹ ਜਲਦੀ ਫੜੇ ਜਾਂਦੇ ਅੱਛਾ ਮਤਲਬ ਕੁੜੀਆਂ ਕਹਿੰਦੇ ਵਿਆਹ 'ਚ ਫੜੀਆਂ ਨਹੀਂ ਜਾਂਦੀਆਂ ਨਹੀਂ ਅੱਛਾ ਅਸੀਂ ਫੜੀ ਜਾਂਦੀਆਂ ਨੇ ਮੁੰਡੇ ਤਾਂ ਐਵੇਂ ਚੱਲ ਜਾਂਦੇ ਬਸ ਜਿੱਦਾਂ ਜੋ ਬਣੇ ਹੋਏ ਉਹਦੀ ਚੱਲ ਮਤਲਬ ਇਦਾਂ ਨਾ ਅੱਛਾ ਜਿੱਦਾਂ ਘਰ ਦਾ ਵਿਆਹ ਹੁੰਦਾ ਬੁਲਾ ਤੁਹਾਡਾ ਮੈਂ ਫੜਦਾ ਤੇ ਥੋੜਾ ਜਿਹਾ ਮੈਂ ਕਹਿੰਦਾ ਡਾਂਸ ਹੋ ਜੇ ਤਾਂ ਸਾਡੇ ਜਿਹੜੇ ਦਰਸ਼ਕ ਤੁਹਾਨੂੰ ਦੇਖ ਰਹੇ ਆ ਲਓ ਜੀ ਥੋੜਾ ਡਾਂਸ ਕਰਦੇ ਆ ਓ ਵਾਹ ਜੀ ਇੱਧਰ ਹੋ ਜਾਓ ਜੀ ਅੱਖ ਚੁੰਗਲ ਨਾ ਮੈਂ ਦੇਖ ਹਾਂਜੀ ਬਹੁਤ ਜ਼ਿਆਦਾ ਵਧੀਆ ਮੈਂ ਕਹਿੰਦਾ ਜੋਰ ਨਾਲ ਦੱਸ ਦੋ ਵੀ ਕਿੰਨੇ ਕੁ ਵਧੀਆ ਬਹੁਤ ਵਧੀਆ ਵਾਹ ਜੀ ਵਾਹ ਹੁਣ ਗੱਲ ਬਣ ਗਈ ਤੇ ਭਾਜੀ ਕੀ ਨਾਮ ਆ ਅਭਿਸ਼ੇਕ ਅਰੋੜਾ ਜੀ ਅਭਿਸ਼ੇਕ ਅਰੋੜਾ ਹਾਂਜੀ ਤੇ ਕਿਪਸ ਮਾਰਕੀਟ ਦੇ ਵਿੱਚ ਘੁੰਮਦੇ ਪਏ ਹੋ ਕੀ ਲੈ ਕੇ ਆਏ ਥੱਲੇ ਅੱਜ ਮੇਰੇ ਭਰਾ ਦਾ ਬਰਥਡੇ ਆ ਛੋਟੇ ਭਰਾ ਦਾ ਉਹਦਾ ਬਰਥਡੇ ਸੀ ਤੇ ਉਹਦੇ ਲਈ ਗਿਫਟ ਲੈ ਕੇ ਆਇਆ ਅੱਜ ਉਹਨੂੰ ਦੇਣ ਲੱਗਿਆ ਅੱਛਾ ਤੁਹਾਡੇ ਭਰਾ ਨੂੰ ਵੀ ਹੈਪੀ ਬਰਥਡੇ ਜੀ ਥੈਂਕ ਯੂ ਜੀ ਸੋ ਭਾਈ ਜੀ ਕੀ ਕਰਦੇ ਹੋ ਅੱਜ ਕੱਲ ਜੌਬ ਕਰਦੇ ਹੋ ਨਹੀਂ ਮੈਨੂੰ ਸ਼ੌਂਕ ਹੈ ਐਕਟਿੰਗ ਤੇ ਡਾਂਸ ਦਾ ਤੇ ਮੈਂ ਡਾਂਸ ਸਿੱਖ ਰਿਹਾ ਹੈਗਾ ਰਾਜਗੁਰ ਨਗਰ ਚ ਜਿਹੜੀ ਅਸ਼ਮਿਤ ਅਕੈਡਮੀ ਹੈ ਉਹਦਾ ਭਾਜੀ ਚੋਲਾ ਤੁਹਾਡਾ ਮੈਂ ਫੜਦਾ ਤੇ ਥੋੜਾ ਜਿਹਾ ਮੈਂ ਕਹਿੰਦਾ ਡਾਂਸ ਹੋ ਜੇ ਤਾਂ ਸਾਡੇ ਜਿਹੜੇ ਦਰਸ਼ਕ ਤੁਹਾਨੂੰ ਦੇਖ ਰਹੇ ਆ ਲਓ ਜੀ ਥੋੜਾ ਡਾਂਸ ਕਰਦੇ ਆ ਓ ਵਾਹ ਜੀ ਵਾਹ ਇੱਧਰ ਹੋ ਜਾਓ ਜੀ ਅੱਖ ਚੁੰਗਲ ਨਾ ਮੱਜੇ ਹਾਂਜੀ ਭਾਜੀ ਕੋਈ ਭੰਗੜੇ ਦਾ ਸਟੈਪ ਕੋਈ ਪੰਜਾਬੀ ਭੰਗੜੇ ਦਾ ਉਹ ਬੱਲੇ 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 ਲੋ ਭਾਜੀ ਥੈਂਕ ਯੂ ਬਹੁਤ ਚੰਗਾ ਲੱਗਿਆ ਤੁਹਾਡਾ ਮਿਲ ਕੇ ਬਹੁਤ ਠੀਕ ਹੋ ਹਾਂਜੀ ਬਹੁਤ ਨਵਾਂ ਸਾਲ ਕਹਿੰਦੇ ਆਉਣ ਵਾਲਾ ਨਵੇਂ ਸਾਲ ਚ ਕੀ ਕਰਨ ਲੱਗੇ ਹੋ ਨਵੇਂ ਸਾਲ ਚ ਨਵੇਂ ਨਵੇਂ ਪਲੇ ਕਰਾਂਗੇ ਨਵੇਂ ਨਵੇਂ ਡਾਂਸ ਸਿੱਖਾਂਗੇ ਤੇ ਨਵੇਂ ਡਾਂਸ ਪਰਫਾਰਮ ਕਰਾਂਗੇ ਥੋੜੇ ਥੋੜੇ ਪਲੇ ਕਰ ਚੁੱਕੇ ਹੋਰ ਵੀ ਕਰਾਂਗੇ ਤੇ ਜਿਵੇਂ ਮੈਮਰੀ ਹੈ ਓਏ ਢਾਈ ਕਿਲਕਾ ਜੋ ਪੜਤਾ ਆਦਮੀ ਉੱਟਾ ਨਹੀਂ ਉੱਟ ਜਾਂਦਾ ਮੈਂ ਸਾਡੀ ਦੇ ਲੋ ਲੋਕ ਮੈਨੂੰ ਪਤਾ ਨਹੀਂ ਕਿਆ ਸਮਝ ਲੈਂਦੇ ਲੇਕਿਨ ਮੈਂ ਸਾਡੀ ਪਾਜੀ ਹੂੰ ਕਰੇ and seriously that was one of the precious moment which I had in 2022 kende vyah hun to baad kende pange pade pae jande hai koi panga vyah hunda nahi mainu even ki inni support ho gayi aivein kama ghare koi cheez le ke aani kuch hai pehle mainu jana penda si hun meri wife nu thodi tension aayi di hai baithi honi hai yaar ha mainu paina penda samal lena par mainu bahut sukh ho gaya ਉਮਰ ਹੈ ਕਦੇ ਜਿਹੋ ਜਿਹਾ ਹੋਵੇ ਕੋਈ ਮਤਲਬ ਕੋਈ ਨਜਾਇਜ਼ ਵਿਆਹ ਦੇਖਿਆ ਹੋਵੇ ਕਿਤੇ ਮਤਲਬ ਪੈਸੇ ਬਿਨਾਂ ਬੁਲਾਏ ਚਲੇ ਗਏ ਹੋ
यार फिल्मां ही देखे इदा असली पर एक्सपीरियंस जरूर करना चाहवांगे नहीं हले गए नहीं ਪਲੈਨਿੰਗ ਇਹੀ ਹੈ ਮੇਰੀ ਕਿ ਆਪਣੇ ਬਿਜ਼ਨਸ ਨੂੰ ਇੱਕ ਨੈਕਸਟ ਲੈਵਲ ਤੇ ਲੈ ਕੇ ਜਾਈਏ ਹਨਾ ਹਰ ਇੱਕ ਦਾ ਹੁੰਦਾ ਸੱਚੇ ਪਾਤਸ਼ਾਹ ਕਿਰਪਾ ਕਰਨ ਗੁਰੂ ਮਹਾਰਾਜ ਜੀ ਆਪਾਂ ਨੈਕਸਟ ਲੈਵਲ ਤੇ ਲੈ ਕੇ ਜਾ ਸਕੀਏ ਆਪਣੇ ਆਪਣੇ ਬਿਜ਼ਨਸ ਨੂੰ ਐਂਡ ਮੈਂ ਇਹੀ ਕਹਿੰਦਾ ਕਿ ਸਾਰੇ ਮੇਰੇ ਭਰਾ ਜਿੰਨੇ ਵੀ ਲੁਧਿਆਣੇ ਇਸ ਟਾਈਮ ਮੈਨੂੰ ਪਤਾ ਥੋੜ੍ਹਾ ਕ੍ਰਾਈਸਿਸ ਚੱਲ ਰਿਹਾ ਹੈ ਨਾ ਡਿਊ ਟੂ ਕਰੋਨਾ ਐਂਡ ਐਵਰੀਥਿੰਗ ਅਤੇ ਰੱਬ ਕਰੇ ਸਾਰਿਆਂ ਨਾਲ ਬਿਜ਼ਨਸ ਵਧੀਆ ਚੱਲੇ ਯਾਰ ਅੱਗੇ ਹੈ ਨਾ ਐਂਡ ਸਾਰੇ ਖੁਸ਼ੀ ਸਾਂਝੀ ਰਹਿਣ आपको मैं खुश हूँ बहुत हैप्पी हूँ एंड आई एम फाइन अभी तो नहीं नो प्लान्स मेरी शादी करने की उम्र है काफी बार छोटे होते तो सबसे बढ़ जाते अब नहीं हाँ ऑब्वियसली किसी भी बात पे जल्दी उठना फोन यूज करना कोई भी दैट आई एम वेरी पंचुअल पंचुअल ਸਾਡਾ ਆਫਿਸ 10 ਕੁ ਵਜੇ ਲੱਗਦਾ ਅਤੇ ਇਹ ਮੈਡਮ ਜੀ 10:30 11 ਵਜੇ ਤੱਕ ਆ ਜਾਂਦੇ ਆ 11 ਵਜੇ ਪਹੁੰਚ ਜਾਂਦੀ ਆ ਉਸ ਤੋਂ ਲੇਟ ਨਹੀਂ ਹੁੰਦੀ ਆਫਿਸ ਦੇ ਵਿੱਚ ਵੀ ਫਿਰ ਮੰਨ ਕੇ ਚੱਲੋ ਵੀ ਤੁਹਾਨੂੰ ਇਦਾਂ ਦੀ ਮਤਲਬ ਕੋਈ ਗਾਲਾਂ ਪੈਂਦੀ ਹੋਣ ਵੀ ਲੇਟ ਆਏ ਬਿਲਕੁਲ ਰੋਜ਼ ਨਹੀਂ ਉਹ ਮੈਂ ਤਾਂ ਫੋਨ ਕਰਕੇ ਬੋਲਤੇ ਸਾਕਸ਼ੀ ਵਿਆਹ ਆਈ ਬਸ ਮੈਮ ਆ ਗਈ ਜੇ ਮੈਂ 11 ਵਜੇ ਤੋਂ ਲੇਟ ਹੋ ਜਾਂ ਤਾਂ ਮੈਂ ਸਿੱਧਾ ਲੀਵ ਦੀ ਮੇਲ ਪਾ ਦਿੰਦੀ ਹਾਂ ਨਾ पिछली वाली मेमोरीज तो चलो है स्पेशल आपको मम्मी ने तो नहीं भेजा जाके लड़की देखी बात है की काकू बहुत बढ़िया जी थैंक यू की नाम की है नितेश नितेश ए पाजी कत्तो है ना लुधियाने तो ही है जी नहीं जी कोई नहीं ग्राउंड के चांस देखते हैं रब दे हाथ च है साडे हाथ च तो है नहीं गलत भी तो फिलहाल नहीं फिलहाल नहीं यस ट्राइयां तो करते होंगे मेरी फिलहाल तक क्रश है नहीं वो एज चली गई मेरे हिसाब ना हुन तो बस ये है कि अपने करियर ते फोकस करो ते अपना स्टैंड वो दैट्स इट वो तो मैं आप भी गया जो आप ग्रेजुएशन कर रहे उदो गए थे हुन तो सब कुछ ਸੀਰੀਅਸ
ਤੇ ਕਮੈਂਟ ਸੈਸ਼ਨ ਵਿੱਚ ਕਮੈਂਟ ਕਰਕੇ ਜਰੂਰ ਦੱਸੋ ਤੇ ਤੁਸੀਂ ਵੀ ਦੱਸੋ ਕਿ ਤੁਹਾਡੇ ਨਾਲ ਹਾਸਾ ਕੋਈ ਹੋਇਆ ਕਿ ਤੁਸੀਂ ਵੀ ਜਿਹੜਾ ਨਜਾਇਜ਼ ਕਿਤੇ ਵਿਆਹ ਦੇਖਿਆ ਕਮੈਂਟ ਬਾਕਸ ਵਿੱਚ ਜਰੂਰ ਦੱਸੋ ਜਿਵੇਂ ਕਿ 2022 ਜਿਹੜਾ ਹੈ ਜਾ ਰਿਹਾ ਹੈ ਤੇ 2023 ਜਿਹੜਾ ਆ ਰਿਹਾ ਤੁਸੀਂ ਕੀ ਸਪੈਸ਼ਲ ਕਰੋਗੇ ਤੇ ਨਵੇਂ ਸਾਲ ਦੇ ਵਿੱਚ ਤੁਸੀਂ ਵੀ ਕੀ ਕਰਨ ਜਾ ਰਹੇ ਹੋ ਕੁਝ ਵੱਖਰਾ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਮੈਂਸ਼ਨ ਕਰੋ ਸੋ ਮੈਂ ਤੁਹਾਡਾ ਦੋਸਤ ਗਗਨ ਸਮਾਲ